ਅੱਜ ਅਸੀਂ ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾਂ ਦੇ ਵਿੱਚ ਆਏ ਹਾਂ, ਜਿੱਥੇ ਕਿ ਪੰਚਾਇਤੀ ਚੋਣਾਂ ਦਾ ਦੌਰਾਨ ਦੌਰ ਚੱਲ ਰਿਹਾ ਅਤੇ ਇੱਥੋਂ ਦੇ ਨੌਜਵਾਨ ਸਰਦਾਰ ਚਰਨਜੀਤ ਸਿੰਘ ਸਿੱਧੂ ਸਾਹਿਬ ਸਰਪੰਚ ਜੀ ਦੇ ਉਮੀਦਵਾਰ ਅਕਾਲੀ ਪਾਰਟੀ ਵੱਲੋਂ ਖੜ੍ਹੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਵਾਹਿਗੁਰੂ ਖਾਲਸਾ ਬਾਈ ਫਤਿਹ। ਜਿੱਦਾਂ ਕਿ ਮੈਂ ਪਿਛਲੇ 5 ਸਾਲ ਮੈਂਬਰ ਪੰਚਾਇਤ ਵੀ ਰਿਹਾ ਵਾਂ ਜੀ ਜੀ, ਅਤੇ ਕਿਸੇ ਨੂੰ ਨਾਂ ਨਹੀਂ ਕੀਤੇ, ਹਰੇਕ ਨਾਲ ਕੰਮ ਕਰਦੇ ਰਹੇ, ਪਾਰਟੀ ਵਿੱਚ ਉੱਪਰ ਉੱਠ ਕੇ ਹਰੇਕ ਬੰਦੇ ਦਾ ਜਾਂਦੇ ਰਹੇ ਹਾਂ, ਸੇਵਾ ਕੀਤੀ 5 ਸਾਲ। ਅਸੀਂ ਪਿੰਡ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ, ਸਾਨੂੰ ਸਰਪੰਚ ਦਾ ਮੌਕਾ ਦਿੱਤਾ ਜਾਵੇ, ਜਿਹੜੇ ਜਿਹੜੇ ਪਿੰਡ ਦੇ ਰਹਿੰਦੇ ਡਿਵੈਲਪਮੈਂਟ ਦੇ ਕੰਮ ਸਾਰੇ ਹੋ ਸਕਣ ਅਤੇ ਪਿੰਡ ਦੀ ਸੇਵਾ ਕਰੀਏ ਅਤੇ ਪਿੰਡ ਦਾ ਨਾਮ ਉੱਚਾ ਕਰੀਏ। ਸਰ ਕਿੰਨੇ ਵਾਰਡ ਹੈ ਆਪਣੇ ਪਿੰਡ ਦੇ? 9 ਵਾਰਡ ਹੈ ਜੀ ਸਾਡੇ ਪਿੰਡ ਦੇ। 9 ਵਾਰਡ ਹੈ ਅਤੇ ਕਿੰਨਿਆਂ 'ਚ ਤੁਹਾਡੇ ਪਿੰਡ ਖੜ੍ਹੇ ਨੇ? 9 ਵਾਰਡਾਂ 'ਚ ਖੜ੍ਹੇ ਜੀ। 9 ਵਾਰਡਾਂ 'ਚ ਖੜ੍ਹੇ ਨੇ ਅਤੇ ਕਿੰਨੀਆਂ ਕੁ ਵੋਟਾਂ ਨੇ ਤੁਹਾਡੇ ਪਿੰਡ ਦੇ? ਸਾਡੇ ਵੋਟ 3200 ਵੋਟ ਹੈਗੀ ਆ। 3200 ਵੋਟ ਹੈਗੀ ਹਾਂਜੀ। ਅਤੇ ਕਿੰਨੀਆਂ ਪੋਲਿੰਗ ਹੋਣਗੀਆਂ ਤੁਹਾਡੇ? ਸਾਰੇ ਮੇਰੇ ਹਿਸਾਬ ਨਾਲ 3000 ਦਾ ਕਰੀਬ ਹੋ ਜੂਗੇ। 25-3000 ਹੋ ਜੂਗਾ ਹਾਂਜੀ, 2500। ਹਾਂਜੀ, ਜਿਹੜੇ ਰਹਿੰਦੇ ਕੰਮ ਆ ਉਹ ਕਿਹੜੇ ਕਿਹੜੇ ਰਹਿੰਦੇ ਆ, ਕਿੱਦਾਂ ਸਾਰਾ? ਕਾਫੀ ਕੰਮ ਰਹਿੰਦੇ, ਜਿੱਦਾਂ ਡੇਰਿਆਂ ਨੂੰ ਇੱਟਾਂ ਲਗਾਉਣੇ ਰਹਿੰਦੀਆਂ ਵਾ, ਰਾਹ ਬਣਾਉਣੇ ਰਹਿੰਦੇ ਆ, ਕਾਫੀ ਕੰਮ ਆ। ਹਸਪਤਾਲ ਵੱਡਾ ਬਣਾਵਾਂਗੇ ਮਰੀਜ਼ਾਂ ਵਾਸਤੇ, ਇਹਦੀ ਇੱਕ ਕਾਲਜ ਬਣਾਵਾਂਗੇ ਕੁੜੀਆਂ ਵਾਸਤੇ, ਅਤੇ ਕਾਫੀ ਕੰਮ ਆ ਕਰਾਂਗੇ ਸਾਰੇ। ਹਾਂਜੀ, ਅਤੇ ਮੌਕਾ ਦਿੱਤਾ ਜਾਵੇ ਸਾਨੂੰ, 5 ਸਾਲ ਸੇਵਾ ਕਰਾਂਗੇ। ਹਾਂਜੀ ਹਾਂਜੀ। ਸਿੱਧੂ ਸਾਹਿਬ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਵਾਸੀਆਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਜੀ ਜੀ, ਵੀ ਮੈਂ ਤਕਰੀਬਨ ਪਿੱਛੇ 30 ਸਾਲ ਤੋਂ ਨਾ ਜੀ ਜੀ ਏਰੀਏ ਦੀ ਸੇਵਾ ਕਰਦਾ ਜੀ ਜੀ। ਪਿੰਡ ਦਾ ਕੋਈ ਵੀ ਬੰਦਾ ਮੇਰੇ ਕੋਲ ਆਇਆ, ABC ਭਾਵੇਂ ਦੂਜੀ ਪਾਰਟੀ ਦਾ ਹੋਵੇ, ਚਾਹੇ ਅਕਾਲੀ ਦਲ ਨਾਲ ਸੰਬੰਧਿਤ ਹੋਵੇ, ਕਿਸੇ ਵੀ ਪਾਰਟੀ ਬਾਈ ਤੋਂ, ਮੈਂ ਉੱਪਰ ਉੱਠ ਕੇ ਸਾਰਿਆਂ ਦੇ ਕੰਮ ਕੀਤੇ ਆ। ਲੋਕਾਂ ਨੇ ਮੇਰੇ ਤੋਂ ਹਜ਼ਾਰਾਂ ਹੀ ਕੰਮ ਆਪਦੇ ਰਿਸ਼ਤੇਦਾਰਾਂ ਦੇ ਵੀ ਕਰਾਏ ਆ। ਇਹ ਕਦੀ ਮੈਂ ਇਹੀ ਨਹੀਂ ਗੱਲ ਮਤਲਬ ਵੋਟਾਂ ਤੋਂ ਬਾਅਦ ਨਹੀਂ ਰੱਖੀ ਮਨ 'ਚ, ਮੈਨੂੰ ਇਹਨੇ ਵੋਟ ਪਾਈ, ਇਹਨੇ ਨਹੀਂ ਪਾਈ। ਉਦੋਂ ਬਾਅਦ ਜਿਹੜਾ ਵੀ ਮੇਰੇ ਕੋਲ ਆਇਆ ਮੈਂ ਉਹਦੀ ਨਾਲ ਤੁਰਿਆ, ਭਾਵੇਂ ਰਾਤ ਨੂੰ 12 ਵਜੇ ਆ ਜਾਵੇ, ਉਦੋਂ ਆਪਦੀ ਗੱਡੀ ਕੱਢ ਕੇ ਨਾਲ ਤੁਰੀਦਾ। ਗਾਂ ਵੀ ਜੇ ਮੌਕਾ ਇਹਨੂੰ ਦਿੱਤਾ, ਉੱਦਾਂ ਵੀ ਅਸੀਂ ਕਰਦੇ ਰਹਿਣਾ ਕੰਮ, ਤਾਂ ਭਾਵੇਂ ਮੌਕਾ ਦੇਣ ਜਾਂ ਨਾ, ਪਰ ਮੈਂ ਅਪੀਲ ਆ ਅਸੀਂ ਕਰਦੇ ਵੀ ਇਹਨੂੰ ਮੌਕਾ ਦੇਣ, ਇੱਕ ਤਾਂ ਨੌਜਵਾਨ ਆ ਅਤੇ ਇੱਕ ਅਸੀਂ ਇਹਦੇ ਨਾਲ ਆ, ਇਹਦੇ ਨਾਲ ਮੋਢੇ ਨਾਲ ਮੋਢਾ ਅੜ ਕੇ ਪਿੰਡ ਦੇ ਵਿਕਾਸ 'ਚ ਵੀ ਪਾਵਾਂਗੇ ਹਿੱਸਾ, ਅਤੇ ਬਾਕੀ ਲੋਕਾਂ ਦੀ ਜਿਹੜੀ ਸੇਵਾ, ਲੋਕਾਂ ਦੇ ਪਰਸਨਲ ਜਿਹੜੇ ਕੰਮ ਆ ਕਿਸੇ ਵੀ ਮਹਿਕਮੇ ਦਾ ਹੋਵੇ, ਕਿਉਂਕਿ ਤਕਰੀਬਨ ਜੋ ਮਹਿਕਮੇ ਆ ਸਾਰਿਆਂ 'ਚ ਪੁੱਛਦਾ ਸੁਣਨੀ ਆ ਸਾਡੀ, ਭਾਵੇਂ ਅਸੀਂ ਰੂਲਿੰਗ ਪਾਰਟੀ 'ਚ ਨਹੀਂ ਗਏ, ਫਿਰ ਵੀ ਸਾਨੂੰ ਕੋਈ ਮੋੜਦਾ ਨਹੀਂ। ਜਿਹੜੇ ਵੀ ਦਫ਼ਤਰ ਚਲ ਜਾਈਏ ਨਾ, ਪਹਿਲ ਦੇ ਦਰ 'ਤੇ ਸਾਡੇ ਕੰਮ ਹੁੰਦੇ ਆ, ਜਿਹੜੇ ਸਾਡੇ ਨਾਲ ਅੱਜ ਵੀ ਅਟੈਚ ਆ, ਕਦੀ ਉਸ ਬੰਦੇ ਨੂੰ ਪ੍ਰੋਬਲਮ ਨਹੀਂ ਆਈ ਵੀ ਉਹਦਾ ਕੋਈ ਕੰਮ ਰੁਕਿਆ ਹੋਵੇ। ਇਸ ਕਰਕੇ ਪਿੰਡ ਵਾਸੀਆਂ ਨੂੰ ਇਹੀ ਅਪੀਲ ਆ ਵੀ ਇਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ, ਤੇ ਜੋ ਅਧੂਰੇ ਕੰਮ ਉਹ ਪੂਰੇ ਹੋ ਸਕਣ। ਅੱਛਾ, ਕਈ ਇਲਾਕਿਆਂ 'ਚ ਦੇਖਿਆ ਕਿ ਕਾਗਜ਼ ਵਗੈਰਾ ਰੱਦ ਕਰ ਦਿੱਤੇ ਗਏ ਵਿਰੋਧੀ ਖੇਮਿਆਂ ਦੇ, ਇੱਥੇ ਕੋਈ ਇਸ ਤਰ੍ਹਾਂ ਦਾ? ਨਹੀਂ, ਇੱਥੇ ਨਹੀਂ ਹੋਇਆ ਜੀ, ਕਾਗਜ਼ ਕਿਸੇ ਦੇ ਵੀ ਰੱਦ ਨਹੀਂ ਹੋਏ, ਸਾਰਿਆਂ ਦੇ ਸਹੀ ਹੈ, ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਯੂਥ ਵਾਸਤੇ ਕੀ ਕਰਨਾ ਚਾਹੁੰਦੇ ਹੋ, ਕਿਉਂਕਿ ਨਸ਼ਿਆਂ ਦਾ ਛੇਵਾਂ ਦਰਿਆ ਵਗਦਾ, ਕਿੱਦਾਂ ਠੱਲ? ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਨਸ਼ੇ ਖਤਮ ਕਰਨ ਦੀ, ਯੂਥ ਨੂੰ ਸਮਝਾਵਾਂਗੇ, ਜਿੱਦਾਂ ਵੀ ਕਰਫਿਊ ਅਟੈਚਮੈਂਟ ਕਰਾਂਗੇ, ਅਤੇ ਖੇਡਾਂ ਵੱਲ ਜਾਵਾਂਗੇ ਯੂਥ ਨੂੰ। ਕਿੰਨਾ ਕੁ ਹੰਗਾਰਾ ਮਿਲ ਰਿਹਾ ਤੁਹਾਨੂੰ? ਕਾਫੀ ਹੰਗਾਰਾ ਜੀ, ਹਾਂਜੀ ਕਾਫੀ, ਲੋਕੀ ਨਾਲ ਆ। ਹਾਂਜੀ, ਬਾਕੀ ਪਿੰਡ ਦੀ ਸੇਵਾ ਕਰਾਂਗੇ, 5 ਸਾਲ ਮੌਕਾ ਦੇਣ ਲੋਕ ਨੇ। ਠੀਕ ਹੈ ਜੀ। ਇਹ ਸਨ ਸਾਡੇ ਨਾਲ ਚਰਨਜੀਤ ਸਿੰਘ ਸਿੱਧੂ ਸਾਹਿਬ, ਜਿਹੜੇ ਕਿ ਸਿੱਧਵਾਂ ਦੋਨਾਂ ਤੋਂ ਸਰਪੰਚ ਦੀ ਉਮੀਦਵਾਰੀ ਲਈ ਖੜ੍ਹੇ ਨੇ। ਇਹਨਾਂ ਨੇ ਵਾਅਦੇ ਕੀਤੇ ਨੇ ਕਿ ਰਹਿੰਦੇ ਕੰਮ ਕਰਾਂਗੇ ਅਤੇ ਨੌਜਵਾਨ ਦੀ ਪੀੜ੍ਹੀ ਨੂੰ ਅਸੀਂ ਨਸ਼ਿਆਂ ਤੋਂ ਬਚਾਵਾਂਗੇ। ਬਹੁਤ ਹੀ ਸਲਾਹਣਯੋਗ ਬਿਆਨ ਦਿੱਤੇ ਨੇ। ਮੈਂ ਗੁਰਦੇਵ ਸਿੰਘ ਭੱਟੀ, ਏਸ਼ੀਆ ਪੰਜਾਬੀ TV ਕਪੂਰਥਲਾ। ਵਾਹਿਗੁਰੂ।